ਕੈਨੇਡਾ ਤੇ ਬੀਜਿੰਗ ਵਿਚਾਲੇ ਵਧਿਆ ਵਿਵਾਦ ਚੀਨ ਨੇ ਕੈਨੇਡਾ ਜਾ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਹੈ ਬੀਜਿੰਗ ਤੇ ਕੈਨੇਡਾ ਦੇ ਵਿਚਾਲੇ ਦਵੱਲੇ ਸਬੰਧ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਤੇ ਚੀਨ ਨੇ ਆਪਣੇ ਕੈਨੇਡਾ ਜਾ ਰਹੇ ਨਾਗਰਿਕਾਂ ਨੂੰ ਸਤਰਕ ਰਹਨ ਦੀ ਚੇਤਾਵਨੀ ਦਿੱਤੀ ਹੈ ਇਹ ਹਾਲਾਤ ਉਦੋਂ ਪੈਦਾ ਹੋਏ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਹਾਂਗਕਾਂਗ ਦੇ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ ਬੀਜਿੰਗ ਦੇ ਵਿੱਚ ਇਸ ਕਾਨੂੰਨ ذریعے ਹਾਂਗਕਾਂਗ ਤੇ ਪਕੜ ਹੋਣ ਕਾਰਨ ਹਾਂਗਕਾਂਗ ਨੂੰ ਸੰਵੇਦਨਸ਼ੀਲ ਫੌਜੀ ਸਾਜ਼ੋ-ਸਮਾਨਾ ਦੀ ਬਰਾਮਦ ਦੇ ਉੱਤੇ ਵੀ ਰੋਕ ਲਾਈ ਜਾਏਗੀ ਉਦੋਂ ਤੋਂ ਹੀ ਦੋਹਾਂ ਦੇ ਵਿਚਾਲੇ ਜੋ ਹੈ ਤਲਕੀ ਦਾ ਹੋ ਰਹੀ ਹੈ ਜਿਸ ਤੇ ਚੀਨ ਦੇ ਵੱਲੋਂ ਲਗਾਤਾਰ ਕੈਨੇਡੀਅਨਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਉਦੋਂ ਕੈਨੇਡਾ ਦੇ ਵਿੱਚ ਕਈ ਸੰਗਠਨਾਂ ਦੇ ਵੱਲੋਂ ਚੀਨ ਦੇ ਹਿਰਾਸਤ ਵਿੱਚ ਲਏ ਗਏ ਦੋ ਕੈਨੇਡੀਅਨਸ ਦੇ ਰਿਹਾਈ ਲਈ ਜ਼ੋਰਦਾਰ ਮੰਗ ਵੀ ਉੱਠ ਰਹੀ ਹੈ ਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਹਾਂਗਕਾਂਗ ਦੇ ਵਿੱਚ ਚੀਨ ਦੇ ਵੱਲੋਂ ਵਿਵਾਦਿਤ ਕਾਨੂੰਨ ਲਾਗੂ ਕੀਤੇ ਜਾਣ ਪਿੱਛੋਂ ਆਟਵਾ ਤੇ ਬੀਜਿੰਗ ਦੇ ਵਿੱਚ ਹੋਰ ਖੜਕ ਗਈ ਹੈ। ਬੀਜਿੰਗ ਤੇ ਆਟਵਾ ਦੇ ਵਿਚਾਲੇ ਵਧ ਰਹੇ ਤਣਾਅ ਦੇ ਦਰਮਿਆਨ ਸੋਮਵਾਰ ਨੂੰ ਚੀਨ ਨੇ ਕੈਨੇਡਾ ਜਾ ਰਹੇ ਆਪਣੇ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਦੀ ਚੇਤਾਵਨੀ ਜਾਰੀ ਕੀਤੀ ਹੈ। ਚੀਨ ਨੇ ਕਿਹਾ ਹੈ ਕਿ ਹਾਂਗਕਾਂਗ ਦੇ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਬਾਰੇ ਆਟਵਾ ਦੀ ਪ੍ਰਤੀਕਿਰਿਆ ਨਾਲ ਦੋਵੱਲੇ ਸਬੰਧ ਹੋਰ ਵਿਵਿਖੜ ਸਕਦੇ ਨੇ। ਦੱਸਦੀ ਕਿ ਪਿਛਲੇ ਹਫਤੇ ਬੀਜਿੰਗ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਹੈ ਜਿਸ ਦੇ ਵਿੱਚ ਹਾਂਗਕਾਂਗ ਦੇ ਵਿੱਚ ਲੋਕਤੰਤਰ ਪੱਖੀ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂ ਥੋਪੇ ਜਾਣ ਦੇ ਜਵਾਬ ਦੇ ਵਿੱਚ ਕੈਨੇਡਾ ਨੇ ਹਾਂਗਕਾਂਗ ਦੇ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਕੈਨੇਡਾ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ ਬੀਜਿੰਗ ਦੇ ਇਸ ਕਾਨੂੰਨ ਜ਼ਰੀਏ ਹਾਂਗਕਾਂਗ ਤੇ ਪਕੜ ਹੋਣ ਕਾਰਨ ਹਾਂਗਕਾਂਗ ਨੂੰ ਸੰਵੇਦਨਸ਼ੀਲ ਫੌਜੀ ਸਾਜੋ-ਸਮਾਨਾ ਦੀ ਬਰਾਮਤ ਵੀ ਰੋਕ ਲਈ ਜਾਏਗੀ ਕੈਨੇਡਾ ਨੇ ਕਿਹਾ ਹੈ ਕਿ ਚੀਨ ਦੇ ਵਿੱਚ ਕੋਈ ਨਿਆਂਕ ਸੁਤੰਤਰਤਾ ਨਹੀਂ ਹੈ ਤੇ ਸ਼ਾਸਨ ਦੇ ਨਿਰਦੇਸ਼ਾਂ ਤੇ ਦੋਸ਼ ਨਿਰਧਾਰਿਤ ਤੇ ਟ੍ਰਾਇਲ ਹੁੰਦੇ ਨੇ ਇਸ ਦੇ ਲਈ ਹਵਾਲਗੀ ਸੰਧੀ ਨੂੰ ਰੱਦ ਕਰਨਾ ਪੈ ਰਿਹਾ ਹੈ ਇਸ ਦੇ ਜਵਾਬ ਦੇ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀ ਜੀਅਨ ਨੇ ਕਿਹਾ ਕਿ ਬੀਜਿੰਗ ਕੈਨੇਡਾ ਦੇ ਇਸ ਕਦਮ ਦੀ ਸਖਤ ਨਿੰਦਾ ਕਰਦਾ ਹੈ ਤੇ ਪ੍ਰਤੀਕਿਰਿਆ ਦੇਣ ਦਾ ਅਧਿਕਾਰ ਰੱਖਦਾ ਹੈ। ਉਹਨਾਂ ਨੇ ਧਮਕੀ ਦਿੱਤੀ ਹੈ ਕਿ ਕੈਨੇਡਾ ਨੂੰ ਇਸ ਦੇ ਨਤੀਜੇ ਭੁਗਤਨੇ ਪੈਣਗੇ ਤੇ ਚੀਨ ਤੇ ਦਬਾਅ ਬਣਾਉਣ ਦੀ ਕੋਈ ਵੀ ਕੋਸ਼ਿਸ਼ ਕਦੇ ਸਫਲ ਨਹੀਂ ਹੋਵੇਗੀ। ਚੀਨ ਨੇ ਕੈਨੇਡਾ ਨੂੰ ਆਪਣੀਆਂ ਗਲਤੀਆਂ ਨੂੰ ਤੁਰੰਤ ਸੁਧਾਰਨ ਤੇ ਹਾਂਗਕਾਂਗ ਦੇ ਮਾਮਲੇ ਤੇ ਚੀਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰਨ ਦੀ ਗੱਲ ਆਖੀ ਹੈ। ਇੱਕ ਪਾਸੇ ਜਿੱਥੇ ਚੀਨ ਤੇ ਕੈਨੇਡਾ ਦੇ ਵਿੱਚ ਤਲਖੀ ਪੈਦਾ ਹੋ ਰਹੀ ਹੈ ਉੱਥੇ ਇੱਕ ਸਰਵੇ ਮੁਤਾਬ ਚੀਨੀ ਉਤਪਾਦਾਂ ਦਾ ਬੈਸ਼ਕਾਰ ਕਰਨ ਦਾ ਸਮਰਥਨ ਕੀਤਾ ਹੈ। ਕੈਨੇਡਾ ਦੇ ਵਿੱਚ ਕਈ ਥਾਵਾਂ ਤੇ ਲੋਕਾਂ ਵੱਲੋਂ ਕੈਨੇਡਾ ਦੇ ਰਵੱਈਏ ਦਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਕੈਨੇਡਾ ਚੀਨ ਦੇ ਵਿੱਚ ਆਉਣ ਵਾਲੇ ਸਬੰਧਾਂ ਨੂੰ 91% ਦੀ ਲੋਕਾਂ ਨੇ ਗੰਭੀਰ ਮੰਨਿਆ ਹੈ, ਜਦਕਿ 93% ਦੀ ਲੋਕਾਂ ਦਾ ਕਹਿਣਾ ਹੈ ਕਿ ਚੀਨ ਦੇ ਮਾਨਵ ਅਧਿਕਾਰਾਂ ਦੇ سلسلے ਦੇ ਵਿੱਚ ਭਰੋਸਾ ਨਹੀਂ ਕੀਤਾ ਜਾ ਸਕਦਾ। ਚੀਨ ਦੇ ਪ੍ਰਤੀ ਇਹਨਾਂ ਲੋਕਾਂ ਦੀ ਨਾਰਾਜ਼ਗੀ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆਈ ਹੈ ਜਦੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਨੇ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਬੰਦ ਕਰ ਦਿੱਤਾ ਹੈ। ਚੀਨ ਤੇ ਕੈਨੇਡਾ ਦੇ ਵਿਚਾਲੇ ਇਹ ਤਣਾ ਉਦੋਂ ਸਾਹਮਣੇ ਦੇ ਵਿੱਚ ਹਵਾਈ ਦੀ ਮੈਗਨੂ ਗ੍ਰਫਤਾਰ ਕੀਤਾ ਹੈ ਤੇ ਕੈਨੇਡਾ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਦੇ ਬਦਲੇ ਹੀ ਚੀਨ ਨੇ ਦੋ ਕੈਨੇਡੀਅਨਾਂ ਨੂੰ ਗ੍ਰਫਤਾਰ ਕਰਕੇ ਬਦਲਾਖੋਰੀ ਕੀਤੀ ਹੈ ਹਾਲਾਂਕਿ ਚੀਨ ਨੇ ਮੈਗਨੂ ਛੱਡਣ ਦੀ ਸ਼ਰਤ ਰੱਖੀ ਸੀ ਪਰ ਪ੍ਰਧਾਨ ਮੰਤਰੀ ਜਸਟਿਨ ਟ੍ਰੋਡੋ ਨੇ ਇਸ ਅਦਲਾ ਬਦਲੀ ਦੀ ਮੰਗ ਨੂੰ ਠੋਕਰਾ ਦਿੱਤਾ ਸੀ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ ਹੁਣ ਇੰਤਜ਼ਾਰ ਹੈ ਕਿ ਚੀਨ ਤੇ ਕੈਨੇਡਾ ਵਿਚਾਲੇ ਪੈਦਾ ਹੋਈ ਇਸ ਤਲਖੀ ਦਾ ਅੰਤ ਕਦੋਂ ਤੇ ਕਿਸ ਰੂਪ ਦੇ ਵਿੱਚ ਹੋਏਗਾ న్యూਸ ਟੈਕਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ